ਹੈ ਤਾਂ ਸ਼ੁਰੂ ਨਹੀਂ ਕਰਨ ਦਾ ਬਸ ਚੱਲ ਚੰਗਾ ਮੈਂ ਚੱਲਿਆ ਬਾਈ ਇਹ ਪਹਿਲਾਂ ਹੀ ਆਵੇ ਨਵਾਂ ਲਵਾਇਆ ਇਹ ਬਖਸ਼ਾ ਬਾਈ ਹਲ ਹਾਂ ਖਾ ਜਾਏਗਾ ਭਰਾ ਭੁੱਖ ਆ ਚੱਕਲਾ ਭਾਂਡੇ ਹਾਂ ਮੁੰਡੇ ਸਵਾਦ ਤੁਹਾਡਾ ਆਪਣੇ ਨਵੇਂ ਵਲੌਗ 'ਚ ਅਤੇ ਹੈ ਤਾਂ ਸ਼ੁਰੂ ਨਹੀਂ ਕਰਨ ਦਾ ਤਾਂ ਭਰਾਵਾ ਆਇਆ ਚੜਿਆ ਕੌਣ ਹੁੰਦਾ ਚੜ੍ਹਨਾ ਲਿਆ ਹੱਥ ਦੇ ਨਾ ਭਰਾ ਮੈਨੂੰ ਵੀ ਥੱਲੇ ਲੈ ਜਾਏਗਾ ਉਹ ਮੁੰਡਿਓ ਆਪਣੀ ਜੇ ਸੀ ਵੀ ਲੱਗੀ ਪਈ ਆ ਅਤੇ ਆਹ ਜਮਲੀਆ ਟਰੈਕਟਰ ਉਹ ਆਪਣੇ 855 ਅਤੇ ਮਗਰ ਸੋਨਾ ਲੀਕਾ ਵੀ ਖੜਾ ਅਤੇ ਅੱਛਾ ਮੀਨ ਲੈ ਗਿਆ ਜੀ ਪਈ ਧੂ ਕੇ ਵਿੱਚ ਮਿੱਟੀ ਮੁੱਟੀ ਪਾ ਕੇ ਫਿਰ ਉੱਤੋਂ ਇੱਟਾਂ ਹੀ ਰੱਖਣੀਆਂ ਇਹਦੇ ਉਹ ਮਗਰ ਬਰਾਬਰ ਕਰਨੀ ਚੜਿਆ ਆਇਆ ਆ ਗਿਆ ਮੁੰਡਾ ਇਹ ਲੋਕ ਦੀ ਸ਼ੁਰੂ ਚ ਲੋਡ ਨੀ ਲਾ ਗਿਆ ਉਸਨੇ ਲਾ ਕੇ ਆਇਆ ਸੀ ਨਾਲੇ ਉਨੀ ਕੀ ਲੱਥੀ ਉਸ ਵਿੱਚ ਹੀ ਜੰਮੀ ਪਈ ਥੱਲੇ ਜਾਂਦੀ ਫਿਰ ਤਾਂ ਆ ਜਾਂਦੀ ਐਂ ਕਰੀ ਗਏ ਦਸ ਹੋਰ ਲੈਣੇ ਮੈਨੂੰ ਲੱਗਦਾ ਥੱਲੇ ਜੀ ਆਵੜਦੀ ਥੱਲੇ ਕਰੀ ਜਾਂਦੀ ਪਰਸੋਂ ਦੇ ਲੱਗੇ ਕਿੰਨੇ 90 ਕੇ 95 ਮੀਟਰ ਵਾਲੇ ਇਹ ਤਾਂ
ਲਾ ਦੇ 90-95 ਚ। ਗੈਸ ਘੱਟ ਦੀ ਥਾਂ ਤਾਂ ਲਾਉਣੀ ਪੈਂਦੀ ਆ। ਚਾਰਾਂ ਢੇਰੀਆਂ ਚ ਲਾਉਣਾ ਪੈਂਦਾ ਇਹਨਾਂ ਦਾ। ਚਲੋ ਖਲਾਰ ਕੇ ਉੱਥੇ ਕੀ ਆ ਜਾਣਾ ਹੀ ਆ ਛਾਵੇਂ ਕੀ ਆ। ਇਹ ਕਿਹੜਾ ਕਾਲਾ ਹੁੰਦਾ ਛੱਲਾ ਬੜਾ ਘੈਂਟ ਆ ਯਾਰ। ਕੀ ਚੇਨ ਹੈ ਕੀ ਚੇਨ ਬਾਈ ਪ੍ਰੋਪਾ ਹਾਲੇ ਯਾਰ ਦਾਨ ਕੀਤੀ ਤੈਨੂੰ ਚਾਬੀ ਜਾ ਬਾਅਦ ਵਿੱਚ ਤਾਰ ਦੇ ਇੱਧਰ ਪਾ ਨਹੀਂ ਹੁੰਦਾ ਇਹ ਆਲਟੋਆਂ ਭਾਂਦਾ ਰਿਹਾ ਮੁੰਡਾ ਹਨਾ ਇਹ ਲੈ ਇਹ ਬੰਦ ਹੋ ਗਿਆ ਆ ਜੀ ਓਏ ਖੜਦਾ ਝੋਟਾ 4x4 ਬਸ ਇਹ ਵੀ ਖੜ ਜਾਣਾ ਇਹ ਵੀ ਖੜ ਜਾਣਾ ਉਹ ਬ੍ਰੇਕ ਲਾਈ ਬੈਠਾ ਹਾਂ ਬ੍ਰੇਕ ਲਾ ਦੇ 4x4 ਆ ਬਈ ਉਹ ਵੀ ਇੱਥੇ ਦਾ ਆਉਂਦਾ ਉੱਥੇ ਹੀ ਮਜ਼ਾ ਖੜਾ ਚੱਲ ਯਾਰ ਆਪਾਂ ਚੱਲੋਗੇ ਨਾ ਫਿਰ ਢਿੱਡ ਚ ਮਾਰਿਆ ਫਿਰ ਚੱਲ ਗਏ ਚੱਲ ਚਾਕਾ ਦੇ ਭਾਂਡੇ ਉਹ ਭਰਾਵਾ ਨਾ ਫਿਰ ਇੱਟ ਮਾਰੂ ਸਿਰ ਚ ਹਾਂ ਮੂੰਹ ਚ ਵਾੜ ਦੇ ਹਲ ਹਾਂ ਖਾ ਜਾਏਗਾ ਭਰਾ ਭੁੱਖ ਆ ਚੱਕ ਲਾ ਭਾਂਡੇ ਜੇ ਚੱਲ ਗਏ ਮੁੰਡਿਆ ਦੂਜਾ ਝੋਟਾ ਕੀ ਲੈ ਜਾਂਦਾ ਦੂਜਾ ਜਿਹੜਾ ਕੁੱਪਿਆ ਸੀ ਉਹ ਕੱਢ ਕੇ ਇੱਥੇ ਖੜਾ ਵਾ ਤੇ ਉਹ ਹਜੇ ਪਹਿਲਾਂ ਵਾਲਾ ਕੁੰਡਾ ਹੀ ਗਿਆ
ਟਾਇਰ ਹੀ ਚੱਕੇ ਉੱਤੇ ਨੂੰ ਗਏ ਤੇ ਫੋਰ ਬਾਈ ਫੋਰ ਹੀ ਕਰੂਗਾ ਹੈ ਉਹ ਤਾਂ ਹੁੰਦਾ ਨਹੀਂ ਜਾਂਦੇ ਉਹ ਫੋਰ ਬਾਈ ਫੋਰ ਦਾ ਕੰਮ ਅੱਛਾ ਯਾਰ ਮੈਨੂੰ ਬਹੁਤ ਪਤਾ ਮੈਨੂੰ ਜ਼ਿਆਦਾ ਪਤਾ ਮੈਂ ਜਾਣ ਸੀ ਯਾਰ